बच्चे बोलने कौड़ा मामा टोक दिया हाय उच्ची नीमी था तो मामा रोक दिया गे समाज नू ते अपने आप नू साड़ी शायरी कदी भी देखो जी ये सब तो पहला तो मैं मुबारकबाद दे रहा टीम सब तो पहला तो मैं शुक्र अदा करता उस परमात्मा का जिन्हें अज एक बख्श साड़ी झोली पाई है तो ये बच्चे की मेहनत बहुत सी साडे उस्ताद जी सुखी की इन्हों की बड़ी मेहनत सुमीत की बड़ी मेहनत की सारी टीम का एफर्ट सीगा तो सू जो अज खिताब जो हासिल हो मैनूं दस दे बड़ी खुशी हो रही है जिन्ने बच्चे तैयार किए ने बिलकुल नवे अपनी मेहनत तैयार करके ये सब साडे सीनियर्स आए हुए हैं इन्होंने सब ने बड़ी मेहनत लाई है इन्होंने ही टीम अज इस खिताब में हासिल करके चली है मैं बहुत धन्यवादी हाँ सब का जिन्होंने इस टीम में जिताने के लिए सब का इंटर जोन की कहना चाहोगे तैयारियां किस तरह की हो देखो जो जोन टफ होता इंटर जोन इस तो ज़्यादा टफ होगा क्योंकि 12 जोन ने जिद जे चुनी टीम जो इंटर जोन भी असं इदा ही मेहनत में जारी रखा तो अगे फिर परमात्मा इंटर जोन भी सू जरूर साढ़े खिताब चुनी पड़ेगा ओके बहुत बहुत धन्यवाद जी हाँ जी उस्ताद जी कहते हैं जिम्मे बच्चे का भंगड़े का कॉम्पीटिशन भी जो कह सकते कलीग से जमें टोल प्ले कर रहे थे उन्होंने कहो जहा माहौल लग रहा सब तो पहले सत्या
ਜੀ ਬਹੁਤ ਚੰਗਾ ਲੱਗ ਰਿਹਾ ਸੀਗਾ ਮੇਰਾ ਇੱਥੇ ਫਸਟ ਐਕਸਪੀਰੀਅੰਸ ਸੀਗਾ ਫਸਟ ਟਾਈਮ ਇੱਥੇ ਆਇਆ ਮੁੰਡਿਆਂ ਦੀ ਬਹੁਤ ਮਿਹਨਤ ਹੈ ਸੋਨੀ ਭਾਈ ਹੋਰਾਂ ਦੀ ਦਲਜੀਤ ਭਾਈ ਹੋਰਾਂ ਦੀ ਔਰ ਸਾਰੇ ਜਿੰਨੇ ਸੀਨੀਅਰ ਸੀਗੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਨੂੰ ਬੜਾ ਸਾਥ ਮਿਲਿਆ ਬਹੁਤ ਚੰਗਾ ਲੱਗਿਆ ਇਸ ਟੀਮ ਨਾਲ ਫੋਨ ਕਰਕੇ ਢੋਲ ਪਲੇ ਕਰਨ ਦੀ ਸਫ਼ਰ ਬਾਰੇ ਦੱਸੋ ਸਭ ਤੋਂ ਪਹਿਲਾਂ ਜੋ ਮੈਂ ਅੱਜ ਹਾਂ ਜਿਨ੍ਹਾਂ ਦੀ ਬਦੌਲਤ ਪਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ ਮੇਰੇ ਉਸਤਾਦ ਦੇ ਉਸਤਾਦ ਚੌਲੀ ਬਾਬਾ ਜੀ ਜਲੰਧਰ ਠੀਕ ਹੈ ਜੀ ਉਹਨਾਂ ਦਾ ਸ਼ਿਕਰ ਹੋਇਆ ਜੀ ਉਹਨਾਂ ਕਰਕੇ ਅੱਜ ਇਸ ਸਫ਼ਰ 'ਤੇ ਪਹੁੰਚਿਆ ਉਹ ਦੁਨੀਆ 'ਤੇ ਨਹੀਂ ਰਹੇ ਪਰ ਅੱਜ ਸਾਡੇ ਦਿਨਾਂ 'ਚ ਅੱਜ ਵੀ ਜਿਉਂਦੇ ਆ ਸੋ ਉਹਨਾਂ ਵਰਗੀ ਡਰੈਸ ਹੀ ਮੈਂ ਸੇਮ ਪਾਉਂਦਾ ਉਹਨਾਂ ਦਾ ਆਸ਼ੀਰਵਾਦ ਹੈ ਉਹਨਾਂ ਦੇ ਆਸ਼ੀਰਵਾਦ ਕਰਕੇ ਇੱਥੇ ਕਿੰਨੇ ਸਾਲ ਤੋਂ ਤੁਸੀਂ ਮੈਨੂੰ ਭਾਅ ਜੀ ਘੱਟੋ ਘੱਟ 12-13 ਸਾਲ ਹੋ ਚੁੱਕੇ ਅਤੇ ਮੈਂ ਉਸਤਾਦ ਜੀ ਨੂੰ ਬਹੁਤ ਫੋਲੋ ਕੀਤੀ ਅੱਜ ਉਹਨਾਂ ਦੀ ਕਿਰਪਾ ਨਾਲ ਬਾਰੇ ਨਿਆਰੇ ਆ ਮਿਹਨਤ ਬੋਲਦੀ ਸਰ ਇਹ ਪੰਜਾਬ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਗ੍ਹਾ ਤੁਸੀਂ ਪਰਫੋਰਮ ਕਰ ਚੁੱਕੇ ਫਿਰ ਹੋਈ ਦਿੱਲੀ ਕਰ ਚੁੱਕਾ ਚਾਈਨਾ ਕਰ ਚੁੱਕਾ ਕੋਰੀਆ ਕਰ ਚੁੱਕਾ ਜਪਾਨ ਜਾ ਚੁੱਕੇ ਜੀ ਠੀਕ ਹੈ ਜੀ ਤੋ ਇਹ ਢੋਲ ਹੀ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਨਚਾ ਕੇ ਰੱਖਿਆ ਅੱਜ ਤੁਸੀਂ ਐਸ ਸੀ ਡੀ ਗੋਮੜ ਕੋਲ ਨੂੰ ਨਚਾਤਾ ਪੂਰੇ ਫੈਸਟੀਵਲ ਨੂੰ ਨਚਾਤਾ ਲੁਧਿਆਣਾ ਇਹ ਜੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਆਪਣੇ ਬਾਰੇ ਹੋਰ ਕੁਝ ਦੱਸੋਗੇ ਕਿਸ ਤਰ੍ਹਾਂ ਤੁਸੀਂ ਟੀਮ 'ਚ ਸਿਲੈਕਸ਼ਨ ਵਾਸਤੇ ਆਏ ਕਿਸ ਤਰ੍ਹਾਂ ਤੁਸੀਂ ਪਰਫੋਰਮ ਕੀਤਾ ਕਿਸ ਤਰ੍ਹਾਂ ਵਿਨ ਕੀਤਾ ਸਿਲੈਕਸ਼ਨ ਹੀ ਇਹਨਾਂ ਨੇ ਦੇਖਿਆ ਪਿੱਛੇ ਖੜ੍ਹਦੇ ਹੁੰਦੇ ਸੀਗੇ ਟ੍ਰਾਇਲ ਹੋਏ ਪਿੱਛੇ ਖੜ੍ਹਦੇ ਸੀ ਇਹਨਾਂ ਨੇ ਦੇਖਿਆ ਵੀ 10 ਮਿੰਟਾਂ 'ਚ ਇੱਦਾਂ ਹੀ ਮੈਂ ਤੀਜੇ ਨੰਬਰ 'ਤੇ ਸੀ ਸਵੇਰ ਨੀਚੇ ਅਤੇ ਫਿਰ ਮੈਂ ਪਹਿਲੇ 'ਤੇ ਆਇਆ ਪਹਿਲੀ ਜੁੜੀ 'ਤੇ ਆਇਆ ਅਤੇ ਇਹਨਾਂ ਨੇ ਤਰਾਸ਼ਿਆ ਬਹੁਤ ਪੋਲਿਸ਼ ਕੀਤਾ ਬਹੁਤ ਜ਼ਿਆਦਾ ਪੋਲਿਸ਼ ਕੀਤਾ ਸਾਰੀ ਟੀਮ ਨੇ ਪੋਲਿਸ਼ ਕੀਤਾ ਅਤੇ ਇਹ ਸਭ ਦਾ ਕ੍ਰੈਡਿਟ ਤੁਸੀਂ ਕਿਹਨਾਂ ਨੂੰ ਦੇਣਾ ਚਾਹੋਗੇ ਜਾਣ ਲਾ ਦਿਆ ਓਕੇ ਕਿਹੜੀ ਕਲਾਸ ਦੇ ਸਟੂਡੈਂਟ ਤੁਸੀਂ ਬੀ ਏ ਫਸਟ ਈਅਰ ਐਸ ਸੀ ਡੀ ਗੋਮੜ ਕੋਲਜ ਹਾਂਜੀ ਪੂਰੀ ਡਿਟੇਲ ਦਿਓ ਆਪਣੇ ਕਾਲਜ ਬਾਰੇ ਸਾਡੀ ਸਾਰੀ ਟੀਮ ਵੱਲੋਂ ਵਰਲਡ ਏਸ਼ੀਆ ਟੀਮ ਵੱਲੋਂ ਤੁਹਾਨੂੰ ਬਹੁਤ 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 ਮੁਬਾਰਕਾਂ ਐਂਡ ਹੋਪ ਫੋਰ ਦਾ ਬੈਸਟ ਫੋਰ ਇੰਟਰਵਿਊ।